ਇੱਕ ਵਾਰੀ ਬਾਬਾ ਅਨੰਤ ਸਿੰਘ ਜੀ ਮਹਾਰਾਜੀਆਂ ਦੇ ਕੋਲ ਇੱਕ ਪ੍ਰੇਮੀ ਆਇਆ ਕੀਰਤਨ ਹੋ ਰਿਹਾ ਸੀ ਕੀਰਤਨ ਤੋਂ ਬਾਅਦ ਸਮਾਪਤੀ ਹੋਈ ਬਾਬਾ ਜੀ ਆਪਣੇ ਆਸਣ ਤੇ ਬਿਰਾਜਮਾਨ ਹੋ ਗਏ ਤੇ ਉਹ ਪ੍ਰੇਮੀ ਜਦੋਂ ਬਾਬਾ ਜੀ ਦੇ ਕੋਲ ਗਿਆ ਤੇ ਪਹਿਰੇਦਾਰ ਨੇ ਰੋਕ ਦਿੱਤਾ ਜਦੋਂ ਪਹਿਰੇਦਾਰ ਨੇ ਰੋਕ ਦਿੱਤਾ ਨਾ ਸਤਸੰਗਿਓ ਤਾਂ ਉਸ ਨੇ ਹੱਥ ਜੋੜੇ ਤੇ ਆਖਿਆ ਜੀ ਮੈਂ ਬਾਬਾ ਜੀਆਂ ਦੇ ਦਰਸ਼ਨ ਕਰਨੇ ਨੇ ਦਰਸ਼ਨ ਕਰ ਰਿਹਾ ਕਿਰਪਾ ਕਰੋ ਤੇ ਅੰਦਰੋਂ ਆਗਿਆ ਲੈ ਕੇ ਸੇਵਾਦਾਰਾ ਨੇ ਉਸ ਨੂੰ ਭੁਗਤਾ ਦਿੱਤਾ ਤੇ ਪ੍ਰਸਾਦ ਲੈ ਕੇ ਬਾਬਾ ਜੀ ਦੇ ਸਨਮੁਖ ਪੇਸ਼ ਹੋਇਆ ਜਥਾ ਸ਼ਕਤ ਪ੍ਰਸਾਦ ਅੱਗੇ ਰੱਖ ਨਮਸਕਾਰ ਕੀਤੀ ਬਾਬਾ ਜੀਆਂ ਦੇ ਮਵਾਰਕ ਚਰਨਾਂ ਵਿੱਚ ਤੇ ਬਾਬਾ ਜੀ ਆਖਣ ਲੱਗੇ ਦੱਸ ਵੀ ਪ੍ਰੇਮੀਆਂ ਕਿਵੇਂ ਆਇਆ ਬਾਬਾ ਜੀ ਤੁਸੀਂ ਨਾਮ ਜਪਣ ਦੀ ਪ੍ਰੋੜਤਾ ਬੜੀ ਕਰਦੇ ਹੋ ਨਾਮ ਜਪਣ ਦੀ ਪ੍ਰੋੜਤਾ ਬੜੀ ਕਰਦੇ ਹੋ ਤੇ ਕਹਿੰਦੇ ਹੋ ਨਾਮ ਦੇ ਵਿੱਚ ਸਾਰੀਆਂ ਬਖਸ਼ਿਸ਼ਾਂ ਨੇ ਨਾਮ ਦੇ ਵਿੱਚ ਸਾਰੀਆਂ ਵੜਿਆਈਆਂ ਨੇ ਤੇ ਬਾਬਾ ਜੀ ਮੈਂ ਤਾਂ ਕਦੇ ਦੇਖਿਆ ਨਹੀਂ ਉਸ ਮਾਲਕ ਨੂੰ ਕੁਝ ਦਿੰਦਿਆਂ ਤੁਸੀਂ ਕਹਿੰਦੇ ਹੋ ਨਾਮ ਜਪਣ ਨਾਲ ਪਾਪੀ ਵੀ ਪਤਿਤ ਹੋ ਜਾਂਦੇ ਨੇ ਨਾਮ ਜਪਣ ਨਾਲ ਨਿਰੰਕਾਰ ਆਪਣਾ ਬਣਾ ਲੈਂਦਾ ਹੈ ਨਾਮ ਜਪਣ ਨਾਲ ਦੁਨੀਆ ਨਮਸਕਾਰਾਂ ਕਰਦੀ ਐ। ਨਾਮ ਜਪਣ ਨਾਲ ਨੀਵਾਂ ਬੰਦਾ ਵੀ ਉੱਚਾ ਹੋ ਜਾਂਦਾ ਐ ਤੇ ਉੱਚਿਆਂ ਨੂੰ ਰੱਬ ਨਾਲ ਮਾਲਕ ਮਿਲਾ ਦਿੰਦਾ। ਤੇ ਕਲਯੁਗ ਵਿੱਚ ਸਭ ਤੋਂ ਉਤਮ ਪਦਾਰਥ ਨਾਮ ਐ। ਤੇ ਨਾਮ ਨਾਲ ਹੀ ਮਨ ਪਵਿੱਤਰ ਹੁੰਦਾ ਐ ਤੇ ਨਾਮ ਨਾਲ ਹੀ ਸਾਰੇ ਕਾਰਜ ਰਾਸ ਹੁੰਦੇ ਨੇ। ਬਾਬਾ ਜੀ ਨਾਮ ਤਾਂ ਮੈਂ ਵੀ ਜਪਦਾ ਹਾਂ। ਤੇ ਬਾਬਾ ਜੀ ਆਖਣ ਲੱਗੇ ਪ੍ਰੇਮੀਆਂ ਤੈਨੂੰ ਮੂੰਹ ਜਵਾਨੀ ਇਸ ਦਾ ਉੱਤਰ ਦਈਏ ਜਾਂ ਪ੍ਰਤੱਖ ਕੁਝ ਦੇਖ ਕੇ ਤੈਨੂੰ ਸੰਤੋਸ਼ਟੀ ਆਏਗੀ ਕਹਿਣ ਲੱਗਿਆ ਬਾਬਾ ਜੀ ਮਨ ਵਿੱਚ ਭਾਵਨਾ ਬਣੀ ਹੋਈ ਹੈ ਕੁਝ ਦੇਖ ਕੇ ਹੀ ਪਤਾ ਲੱਗੇਗਾ ਇੰਜ ਨਹੀਂ ਤੇ ਬਾਬਾ ਜੀ ਕਹਿਣ ਲੱਗੇ ਚੰਗਾ ਪ੍ਰੇਮੀਆਂ ਇਸ ਦਾ ਨਾਮ ਉੱਤਮ ਚੰਦ ਹਕੀਮ ਹੈ ਪਿਆਰਿਓ ਇਹ ਕਹਿਣ ਲੱਗਿਆ ਜਦੋਂ ਬਾਬਾ ਜੀ ਕੁਝ ਦੇਖੇ ਤੋਂ ਬਿਨਾ ਨਹੀਂ ਤੇ ਬਾਬਾ ਜੀ ਕਹਿੰਦੇ ਚੰਗਾ ਸਵੇਰੇ ਆਈਂ ਤੇ ਕਿਲੋ ਬਦਾਮ ਲੈ ਕੇ ਆਈਂ। ਤੇ ਇਸ ਦੇ ਮਨ ਵਿੱਚ ਸ਼ੰਕਾ ਹੋਈ। ਕਿ ਸ਼ਾਇਦ ਬਾਬਾ ਜੀ ਬਹਾਨੇ ਦਾ ਨਾਲ ਮੈਨੂੰ ਬਦਾਮ ਲੈ ਕੇ ਆਉਣ ਨੂੰ ਕਹਿੰਦੇ ਨੇ। ਕਿਉਂਕਿ ਜੰਗਲ ਵਿਆਹਬਾਨ ਵਿੱਚ ਰਹਿੰਦੇ ਨੇ। ਨਾਮ ਜਪ-ਜਪ ਕੇ ਇਹਨਾਂ ਨੂੰ ਖੁਸ਼ਕੀ ਹੋ ਚੁੱਕੀ ਹੈ। ਇਸ ਕਰਕੇ ਬਦਾਮ ਮੇਥੋਂ ਲੈਣਾ ਚਾਹੁੰਦੇ ਨੇ। ਚਲੋ ਲੈ ਆਉਂਦੇ ਹਾਂ। ਦੇਖਦੇ ਹਾਂ ਅੱਗੇ ਕੀ ਕਲਾ ਵਰਤਦੀ ਹੈ। ਤੇ ਪ੍ਰੇਮੀ ਉਹ ਦੂਜੇ ਦਿਨ ਪਹੁੰਚ ਜਾਂਦਾ ਹੈ ਜਦੋਂ ਦੂਸਰੇ ਦਿਨ ਬਾਬਾ ਜੀ ਦੇ ਕੋਲ ਆਇਆ ਨਾ ਤੇ ਬਾਬਾ ਜੀ ਕਹਿਣ ਲੱਗੇ ਬਈ ਪ੍ਰੇਮੀਆ ਲੈ ਆਇਆ ਬਾਦਾਮ ਜੀ ਬਾਬਾ ਜੀ ਕਹਿੰਦੇ ਹੁਣ ਇਉਂ ਕਰ ਗਿਰੀਆਂ ਇੱਕ ਪਾਸੇ ਕਰ ਦੇ ਕੱਢ ਕੇ ਤੇ ਸਿਲੜ ਇਹਦੇ ਇੱਕ ਪਾਸੇ ਕਰ ਦੇ ਉਸ ਨੇ ਬਾਬਾ ਜੀ ਦਾ ਬਚਨ ਮੰਨ ਕੇ ਉਸੇ ਤਰ੍ਹਾਂ ਹੀ ਕੀਤਾ ਪ੍ਰੇਮੀਓ ਸਿੱਲੜ ਇੱਕ ਪਾਸੇ ਕਰ ਦਿੱਤੇ ਤੇ ਗਿਰੀਆਂ ਇੱਕ ਪਾਸੇ ਬਾਬਾ ਜੀ ਕਹਿਣ ਲੱਗੇ ਵੀ ਆਹ ਕੀ ਐ ਜੀ ਇਹ ਬਾਦਾਮ ਦੀਆਂ ਗਿਰੀਆਂ ਤੇ ਉਹ ਕੀ ਐ ਜੀ ਇਸ ਦਾ ਸਿੱਲੜ ਬਾਬਾ ਜੀ ਕਹਿੰਦੇ ਜੇ ਇਹਨੂੰ ਹੁਣ ਦੁਬਾਰੇ ਆਪਾਂ ਜਾਈਏ ਦੁਕਾਨ ਤੇ ਲੈ ਕੇ ਇਸਲੜਾ ਨੂੰ ਕਿ ਉਹ ਦੁਕਾਨਦਾਰ ਇਸ ਨੂੰ ਖਰੀਦ ਲਏਗਾ ਵਾਪਸ ਕਰ ਲਏਗਾ ਬਾਬਾ ਜੀ ਇਹਦੇ ਵਿੱਚੋਂ ਗਿਰੀ ਨਿਕਲ ਗਈ ਹੁਣ ਸਿਲੜਾ ਨੂੰ ਉਹ ਕੀ ਕਰੇਗਾ ਭਈ ਤੂੰ ਲੈ ਕੇ ਤਾਂ ਦੁਕਾਨ ਤੋਂ ਹੀ ਆਇਆ ਨਾ ਜੀ ਲਿਆਂਦੇ ਤਾਂ ਦੁਕਾਨ ਤੋਂ ਨੇ ਪਰ ਬਾਬਾ ਜੀ ਹੁਣ ਇਹਦੀ ਕੋਈ ਕੀਮਤ ਨਹੀਂ ਰਹੀ ਕਿਉਂਕਿ ਇਹਦੇ ਵਿੱਚੋਂ ਗਿਰੀ ਨਿਕਲ ਗਈ ਬਾਬਾ ਜੀ ਕਹਿੰਦੇ ਕੁਝ ਸਮਝਿਆ ਕਿ ਨਹੀਂ ਕਹਿਣ ਲੱਗਿਆ ਬਾਬਾ ਜੀ ਮੈਨੂੰ ਸਮਝ ਨਹੀਂ ਆਈ ਤੇ ਬਾਬਾ ਜੀ ਕਹਿੰਦੇ ਉਹ ਭਲਿਆ ਗਿਰੀ ਤੋਂ ਬਿਨਾ ਇਸ ਸਰੀਰ ਦੀ ਕੋਈ ਕੀਮਤ ਨਹੀਂ ਆਖੋ ਸਤਨਾਮ ਸ੍ਰੀ ਗੁਰੂ ਗਿਰੀ ਤੋਂ ਬਿਨਾ ਇਹ ਸਰੀਰ ਛਿੱਲੜ ਹੈ ਛਿੱਲੜ ਦੀ ਜਿਵੇਂ ਤੂੰ ਕਹਿੰਦਾ ਕੋਈ ਕੀਮਤ ਨਹੀਂ ਇਸੇ ਤਰ੍ਹਾਂ ਇਸ ਸਰੀਰ ਦੀ ਵੀ ਕੋਈ ਕੀਮਤ ਨਹੀਂ ਗਿਰੀ ਕੀ ਹੈ ਮਨ ਆਤਮਾ ਤੇ ਭਈ ਜੇ ਇਹ ਬਦਾਮਾਂ ਦੇ ਵਿੱਚੋਂ ਆਪਾਂ ਬਦਾਮ ਰੋਗਣ ਕੱਢ ਲੀਏ ਤੇ ਬਾਕੀ ਕੀ ਬਚੇਗਾ ਜੀ ਫੋਕ ਤੇ ਬਾਬਾ ਜੀ ਕਹਿੰਦੇ ਫਿਰ ਉਹਦੀ ਕੋਈ ਕੀਮਤ ਹੈ ਬਾਬਾ ਜੀ ਬਦਾਮ ਦੇ ਵਿੱਚੋਂ ਨਿਕਲ ਗਿਆ ਬਦਾਮ ਰੋਗਣ ਤੇ ਫੋਕ ਦਾ ਕੋਈ ਕੀਮਤ ਨਹੀਂ ਕੋਈ ਮੁੱਲ ਨਹੀਂ ਤੇ ਬਾਬਾ ਜੀ ਕਹਿੰਦੇ ਭਲਿਆ ਜੇ ਮਨ ਦੇ ਵਿੱਚ ਨਾਮ ਨਹੀਂ ਤਾਂ ਮਨ ਦੀ ਵੀ ਉਹਦੀ ਕੋਈ ਕੀਮਤ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਸ ਮਨ ਦੇ ਵਿੱਚ ਨਾਮ ਨਹੀਂ ਉਹਦੀ ਕੋਈ ਕੀਮਤ ਨਹੀਂ ਪਰ ਜੇ ਸਰੀਰ ਕਰਕੇ ਵੀ ਮੁੱਖ ਦੇ ਨਾਲ ਵੀ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਹੈ ਨਾ ਉਹਦੀ ਵੀ ਕੀਮਤ ਹੈ ਆਕੋ ਸਤਨਾਮ ਸ੍ਰੀ ਵਾਹਿਗੁਰੂ ਹਰ ਘਰ ਨਾਮ ਜਪੈਂਦਿਆਂ ਹੋਆ ਮੁੱਖ ਪਵਿੱਤਰ ਕਵੀਰ ਸੁਪਨੇ ਹੂੰ ਬਰੜਾਏ ਕੈ ਜੇ ਮੁੱਖ ਨਿਕਸੈ RAM ਤਾਂ ਕੇ ਪਗ ਕੀ ਪਨਹੀ ਮੇਰੇ ਧਨ ਕੋ ਚਾਮ ਕਿੰਡੀ ਮਹਾਨਤਾ ਹੈ ਨੈਣ ਨਾ ਦੇਖੈ ਸਾਧ세 ਨੈਣ ਬਿਹਾਲਿਆ ਕੰਨ ਨਾ ਸੁਣੀ ਨਾਦ ਕੰਨ ਮੁੰਦ ਘਾਲਿਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟਿਏ ਹਰ ਹਾਂ ਜਬ ਵਿਸਰੈ ਗੋਵਿੰਦ ਰਾਏ ਦਿਨੋ ਦਿਨ ਕਟਿਏ ਇਹ ਕੀਮਤ ਦੀ ਪਿਆਰਿਓ ਉਦੋਂ ਹੀ ਕੀਮਤ ਪੈਂਦੀ ਹੈ ਸਰੀਰ ਦੀ ਜੇ ਸਰੀਰ ਦੇ ਹੁੰਦਿਆਂ ਸਿੱਦੇ ਸਾਹਮਣੇ ਤਿਆਰ ਹੁੰਦਿਆਂ ਜੇ ਕਿਤੇ ਚੇਤਾ ਆ ਜਾਏ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਤਿਸੈ ਧਿਆਏ ਸਦਾ ਅਨੂਪ ਖਾਂਦਿਆਂ ਖਾਂਦਿਆਂ ਮੂੰਹ ਘੁੱਟਾ ਪਹਿਨਾਂਦਿਆਂ ਸਭ ਅੰਗ ਜੇ ਕਿਤੇ ਪਾਣੀ ਪੀਂਦਿਆਂ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਜੇ ਪਦਾਰਤ ਛੱਕਦੇ ਆ ਮਾਲਕ ਦਾ ਚੇਤੇ ਆ ਜਾਏ ਨਾਮ ਜੇ ਘਰ ਵਿੱਚ ਰਹਿੰਦੇ ਆ ਮਾਲਕ ਦਾ ਚੇਤਾ ਆ ਜਾਏ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਫਿਰ ਤਾਂ ਇਹਦੀ ਹੈ ਕੀਮਤ ਨਹੀਂ ਤਾਂ ਪਿਆਰਿਓ ਜੇ ਕਰ ਸਾਧਨਾ ਸੇਵੀ ਹੈ ਹਰ ਕੀ ਪੂਜਾ ਨਾਹੀਂ ਤੇ ਕਰ ਮਰ ਹਟਸਾਰ ਕੇ ਭੂਤ ਬਸੈ ਤਿੰਨ ਮਾ ਪਰ ਉਹ ਮਨਾ ਦੇ ਅੰਦਰ ਬਾਬਾ ਜੀ ਤਾਂ ਕਹਿੰਦੇ ਨੇ ਕਿ ਭਲਿਓ ਭੂਤਾ ਨੇ ਬਾਹਰੋਂ ਨਹੀਂ ਆਉਣਾ ਫਿਰ ਤਾਂ ਖੋਦੀ ਭੂਤ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਤਾਂ ਖੋਦੀ ਭੂਤ ਨੇ ਜੇ ਮਾਲਕ ਦਾ ਨਾਮ ਨਹੀਂ ਜਪਦੇ ਮਾਲਕ ਨਾਲ ਪਿਆਰ ਨਹੀਂ ਸੰਗਤ ਨਹੀਂ ਕਰਦੇ ਫਿਰ ਬਾਬਾ ਜੀਆਂ ਦੇ ਬਚਨ ਨੇ ਉਹ ਭਲਿਓ ਜਿਹੜਾ ਦਾਣਾ ਚੱਕੀ ਦੇ ਪੁੱੜਦੇ ਵਿੱਚ ਕਿੱਲੀ ਤੋਂ ਥੋੜਾ ਜਿਹਾ ਵੀ ਅਗਾਹ ਹੋ ਗਿਆ ਨਾ ਉਹ ਦੁਫਾੜ ਹੋ ਜਾਂਦਾ ਥੋੜਾ ਜਿਹਾ ਅਗਾਹ ਹੋਇਆ ਦੜੀਆ ਹੋ ਜਾਂਦਾ ਫਿਰ ਦੂਰ ਹੋਇਆ ਤਾਂ ਮੈਂਦਾ ਹੀ ਬਣਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਨੇੜੇ ਰਹਾਂਗੇ ਤਨ ਕਰਕੇ ਮਨ ਕਰਕੇ ਉਹਨਾਂ ਹੀ ਆਨੰਦ ਵਰਸੇਗਾ